ਬਈ ਪ੍ਰੀਤ ਕੌਰ ਪ੍ਰਸ਼ਾਦੇ ਬਣਾ ਰਹੀ ਹੈ ਤੇ ਸੰਦੀਪ ਕੌਰ ਪ੍ਰਸ਼ਾਦੇ ਜਿਹੜੀ ਹੈ ਵਰਤਾ ਰਹੀ ਹੈ ਅੰਦਰ ਦੋਵੇਂ ਰਲ ਮਿਲ ਕੇ ਹੋਣ ਡਿਆ ਨੇ ਕੰਮ। ਚਲੋ ਵਧੀਆ ਗੱਲ ਆ। ਉਹ ਜਿੱਥੋਂ ਅਸੀਂ ਕਰਵਾਵਾਂਗੇ ਆਈਸਕ੍ਰੀਮ ਪੈਕ ਕਰਾ ਲਿਆ ਆਈਸਕ੍ਰੀਮ ਦੀ ਆਪਾਂ ਕੋਈ ਰੋਟੀ ਪਾਣੀ ਖਾ ਲਿਆ ਹੁਣ ਆਈਸਕ੍ਰੀਮ ਦੀ ਹੋ ਗਈ ਹੈ ਤਿਆਰੀ ਨਾਲ ਨਾਲ ਆਈਸਕ੍ਰੀਮ ਖਾਵਾਂਗੇ ਹੁਣ ਲਓ ਟਰੇ ਦਿਓ ਮੈਂ ਸੇਵਾ ਕਰ ਦਾਂਗੇ ਲਿਆਓ ਫੜਾ ਗਿਆ ਉਹਨਾਂ ਨੇ ਹੈਂ ਅੱਜ ਕੋਈ ਪ੍ਰੀਤ ਆਪ ਹੀ ਚੰਗੀ ਨਹੀਂ ਤੂੰ ਚੱਲੀ ਸੀ ਮੈਂ ਹੀ ਫੜਾ ਗਿਆ ਉਹਨਾਂ ਘਰ ਹੋ ਰਹੀ ਸੀ ਰੋਟੀ ਦੀ ਤਿਆਰੀ ਅਤੇ ਮੈਂ ਆਇਆ ਬਾਹਰਲੀ ਸਾਈਡ ਦਾਲ ਲੈਣ ਵਾਸਤੇ ਅਤੇ ਦਾਲ ਲੈ ਕੇ ਚੱਲਦੇ ਹਾਂ ਫਿਰ ਘਰ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਰੋਟੀ ਪਾਣੀ ਦੀ ਤਿਆਰੀ ਫਿਰ ਕਿੱਦਾਂ ਚੱਲ ਰਹੀ ਜ਼ੋਰਾਂ ਸ਼ੋਰਾਂ 'ਤੇ ਕਿੱਦਾਂ ਆ ਅਤੇ ਫਿਰ ਚੱਲਦੇ ਹਾਂ ਘਰ ਦਾਲ ਲੈ ਕੇ ਭਲਵਾਨ ਵੈਸ਼ਨੋ ਢਾਬਾ ਇੱਥੋਂ ਲਵਾਂਗੇ ਆਪਾਂ ਨਾਲ ਭਾਈ ਹੁਣਾਂ ਨੂੰ ਖੜਦਾ ਹੋਣਾ ਦਾਲ ਬੜੀ ਵਧੀਆ ਹੁੰਦੀ ਇਹਨਾਂ ਦੀ ਦਾਲ ਬਹੁਤ ਵਧੀਆ ਬਣਾਉਂਦੇ ਗੁਲੇ ਪਾ ਗਏ ਜਿੱਦਾਂ ਆਪਾਂ ਲੈ ਲਈ ਹੁਣ ਚੱਲਦੇ ਹਾਂ ਘਰ ਮੈਂ ਖੜ ਗਿਆ ਤਾਂ ਇੱਕੋ ਲਵਾਂਗੇ ਆਈਸਕ੍ਰੀਮ ਜਾਣੀ ਰੋਟੀ ਤੋਂ ਬਾਅਦ ਜਿਹੜਾ ਆਪਣਾ ਹੀ ਸਵਾਦ ਆ ਆਈਸਕ੍ਰੀਮ ਦਾ ਮੈਂ ਕਹਿੰਦਾ ਰੋਟੀ ਰੋਟੀ ਖਾਣ ਤੋਂ ਬਾਅਦ ਜਿਹੜਾ ਖਾ ਲਾਂਗੇ ਤਾਂ ਵਧੀਆ ਲੱਗਦਾ ਮਿੱਠਾ ਹੋਵੇ ਥੋੜ੍ਹਾ ਜਿਹਾ ਤੇ ਉਹ ਜਿੱਥੋਂ ਅਸੀਂ ਕਰਵਾਵਾਂਗੇ ਆਈਸਕ੍ਰੀਮ ਪੈਕ ਕਰਾ ਲਿਆ ਆਈਸਕ੍ਰੀਮ ਵੀ ਆਪਾਂ ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਭਰਾਵਾਂ ਦੀ ਰਿਕੁਐਸਟ ਸੀ ਸਾਡਾ ਵੀ ਨਾਲ ਲਓ ਵਲੌਗ ਦੇ ਵਿੱਚ ਇੱਕ ਮੇਰੀ ਭੈਣ ਹੈਗੀ ਆ ਹਰਪ੍ਰੀਤ ਕੌਰ ਬਟਾਲੇ ਤੋਂ ਅਤੇ ਇੱਕ ਮੇਰੀ ਹੋਰ ਭੈਣ ਹੈਗੀ ਆ ਸੋਨੀ ਜੀ ਜਲੰਧਰ ਤੋਂ ਹਾਂਜੀ ਜੀ ਨਾਲ ਮੇਰੇ ਇੱਕ ਹੋਰ ਵੀਰ ਹੈਗੇ ਨੇ ਰਣਵੀਰ ਰਾਜੂ ਗੜ੍ਹ ਸ਼ੰਕਰ ਤੋਂ ਹਾਂਜੀ ਨਾਲ ਮੇਰੇ ਇੱਕ ਹੋਰ ਭਾਜੀ ਹੋਣੇ ਹੈਗੇ ਕਨੇਡਾ ਤੋਂ ਅਮਿਤ ਰੰਧਾਵਾ ਜੀ ਇੱਧਰ ਹੋ ਗਈ ਰੋਟੀ ਦੀ ਤਿਆਰੀ ਕੜੀ ਰੈਡੀ ਆ ਕੜੀ ਆ ਸੰਦੀਪ ਨੇ ਦਾਲ ਵੀ ਕੱਢ ਲਈ ਆ ਮੈਂ ਕਿਹਾ ਤੜਕਾ ਲੱਗੀ ਲੈਣ ਦੀ ਆ ਵਧੀਆ ਮੈਂ ਇੱਕ ਵਾਰੀ ਸਿੱਧਾ ਹੀ ਚੱਲ ਆਓ ਤੇ ਖਾਓ ਲਓ ਜੀ ਲਓ ਜੀ ਇੱਧਰ ਆ ਗਈ ਸਾਡੀ ਰੋਟੀ ਅਤੇ ਤਿਆਰੀ ਹੋ ਚੁੱਕੀ ਸੀ ਇੱਧਰ ਆ ਗਏ ਸਾਡੇ ਪ੍ਰਸ਼ਾਦੇ ਸਾਡੀ ਹਰਗੁਣ ਪਾਉਂਦੀ ਰਹਿੰਦੀ ਭੰਗੜੇ ਗਾਣਾ ਕਿਹੜਾ ਲਾਵਾਂ ਬੋਲ ਹੈਂ ਹਰਗੁਣ ਕਿਹੜਾ ਗਾਣਾ ਲਾਈਏ ਨੱਚਣਾ ਜੀ ਨੱਚਣਾ ਜੀ ਦੱਸਦੀ ਨਹੀਂ ਆਵੇ ਦਾਦੀ ਕੋ ਰੋਟੀਆਂ ਖਾਂਦੀ ਇਕੱਲੀ ਇਕੱਲੀ ਸਾਨੂੰ ਤਾਂ ਪੁੱਛਦੀ ਨਹੀਂ ਤੂੰ ਹੈਂ ਬੋਲਦੀ ਨਹੀਂ ਆ ਸਾਨੂੰ ਵੀ ਪੁੱਛਦੀ ਕੀ ਖਾਣੀ ਆ ਅੱਛਾ ਅੱਛਾ ਹਰਗੁਣ ਹਰਗੁਣ ਖਾਣੀ ਆ ਗੁਰਬਾਜ ਖਾਣੀ ਆ ਗੁਰਬਾਜ ਨੂੰ ਵੀ ਆਪਾਂ ਰੋਟੀ ਖਵਾਵਾਂਗੇ ਅੱਜ ਗੁਰਬਾਜ ਨੂੰ ਵੀ ਖਵਾਵਾਂਗੇ ਸੈਂਡਲ ਨੀਚੇ ਕਰੋ ਪੁੱਤ ਚਲੋ ਹਲ ਕੀ ਖਾਓਗੇ ਭਾਅ ਜੀ ਦਾਲ ਕੇ ਕੀ ਖਾਓਗੇ ਸੋਹਣਿਓ ਕੀ ਖਾਓਗੇ ਹੈਂ ਖਾਓਗੇ ਆ ਸਾਡੇ ਘਰ ਵਿਆਹ ਹੋ ਰਿਹਾ ਫਿਰ ਮੈਂ ਘਰ
ਹਰਗੁਣ ਵੇਖੋ ਅੰਬ ਕਿਦਾਂ ਖਾਣ ਦੀ ਖੁਸ਼ ਹੋ ਗਏ ਉਹ ਹਰਗੁਣ ਅੰਬ ਕਿਦਾਂ ਖਾਣ ਦੀ ਖੁਸ਼ ਹੋ ਗਏ ਉਹ ਅੰਬਾਂ ਦੀ ਸ਼ਕੀਨ ਮੈਡਮ ਸਾਡੀ ਸਾਡੀ ਮੈਡਮ ਅੰਬਾਂ ਦੀ ਸ਼ਕੀਨ ਏ ਹੈ ਓਏ ਹਰਗੁਣ ਸਾਡੀ ਉਹ ਕਹਿੰਦੀ ਨਹੀਂ ਨਹੀਂ ਤੁਸੀਂ ਨੀ ਖਾਣਾ ਮੰਮੀ ਖਾ ਗਈ ਉਹ ਮੰਮੀ ਖਾ ਗਈ ਉਧਰ ਵੇਖ ਉਧਰ ਮੰਮੀ ਖਾ ਗਈ ਅੰਬ ਤੇਰਾ ਓਏ ਓਏ ਖੋਂਦੀ ਓਏ ਖੋਂਦੀ ਖੋਂਦੀ ਆ ਅਸੀਂ ਰੋਟੀ ਪਾਣੀ ਖਾ ਲਿਆ ਹੁਣ ਆਈਸਕ੍ਰੀਮ ਦੀ ਹੋ ਗਈ ਹੈ ਤਿਆਰੀ ਨਾਲ ਆਈਸਕ੍ਰੀਮ ਵੀ ਖਾਵਾਂਗੇ ਹੁਣ ਲਓ ਟਰੇ ਦਿਓ ਮੈਂ ਸੇਵਾ ਕਰਦਾ ਅੱਜ ਲਓ ਫੜਾ ਗਿਆ ਉਹਨਾਂ ਨੂੰ ਹੈਂ ਅੱਜ ਕੋਈ ਪੀ ਤਾਂ ਆਪ ਹੀ ਚੰਗੀ ਨਹੀਂ ਤੂੰ ਚੱਲੀ ਸੀ ਮੈਂ ਹੀ ਫੜਾ ਗਿਆ ਉਹਨਾਂ ਅਸੀਂ ਸਵੇਰ ਦਾ ਬ੍ਰੇਕਫਾਸਟ ਬਣਾਵਾਂਗੇ ਆਲੂ ਵਾਲੇ ਪਰੌਂਠੇ ਲਓ ਜੀ ਸੰਦੀਪ ਰਲ ਕੇ ਨਾਲ ਦੋਵੇਂ ਤੇ ਸੰਦੀਪ ਕੌਰ ਪ੍ਰਸ਼ਾਦੇ ਜਿਹੜੀ ਆ ਵਰਤਾ ਰਹੀ ਆ ਅੰਦਰ ਦੋਵੇਂ ਰਲ ਮਿਲ ਕੇ ਹੋਣ ਡਿਆ ਨੇ ਕੰਮ ਚਲੋ ਵਧੀਆ ਗੱਲ ਆ ਬਾਜ ਰੋਟੀ ਖਾਣੀ ਆ ਹਾਗੂ ਨੂੰ ਵੀ ਖਵਾ ਦੇ ਨਾਲ ਭੈਣ ਨੂੰ ਵੀ ਖਵਾ ਦੇ ਹੈਂ ਓਏ ਗੁਰਬਾਜ ਦੇਖੋ ਬਾਬਾ ਜੀ ਤਸਵੀਰ ਲੱਗ ਗਈ ਆ ਹੁਣ ਇੱਥੇ ਇੱਕ ਸਟੈਂਡ ਲਾ ਦਾਂਗੇ ਕੱਚ ਦਾ ਲਿਆ ਕੇ ਅਤੇ ਉੱਪਰ ਜਿਹੜਾ ਜੋਤ ਦਾ ਸਟੈਂਡ ਹੁੰਦਾ ਉਹ ਵੀ ਲਿਆ ਕੇ ਲਾ ਦਾਂਗੇ ਅਤੇ ਇੱਥੇ ਚਲੋ ਜੋਤ ਜਗਾਉਣੀ ਆ ਪੱਖਾ ਮਤਲਬ ਚਲਾਉਣਾ ਵੀ ਪੈ ਜਾਵੇ ਚਲੋ ਜੋਤ ਜਗਦੀ ਰਹਿੰਦੀ ਆ ਅਤੇ ਹੁਣ ਪੱਖਾ ਵੀ ਲਾਇਆ ਹੋਇਆ ਪੱਖਾ ਵੀ ਟੰਗ ਦਾਂਗੇ ਇੱਥੇ ਹੁਣ ਹਜੇ ਫਿਲਹਾਲ ਸਲੈਬ 'ਤੇ ਪਈ ਸੀਗੀ ਤਸਵੀਰ ਤਾਂ ਮੈਂ ਕਿਹਾ ਉਹ ਸਾਹਮਣੀ ਸਾਈਡ 'ਤੇ ਉੱਪਰ ਛੇਕ ਕਰਕੇ ਅਤੇ ਐਂ ਸਿੱਧੀ ਲਗਾ ਦਿੰਦੇ ਬਿਲਕੁਲ ਸਿੱਧੀ ਕਰਕੇ ਲਗਾਉਂਦੇ ਬਾਬਾ ਜੀ ਦੀ ਤਸਵੀਰ ਅਤੇ ਲਗਾ ਲੈਂਦੇ ਹੁਣ ਪਹਿਲਾਂ ਨਿਸ਼ਾਨਦਾਰੀ ਕਰ ਲੈਂਦੇ ਉੱਥੋਂ ਨਿਸ਼ਾਨਦਾਰੀ ਲਾ ਕੇ ਫਿਰ ਉੱਥੇ ਪੇਜ ਲਗਾ ਦਿੰਦੇ ਡਰਿੱਲ ਨਾਲ ਦਰਵੇ ਤਾਂ ਚਲੋ ਜੋਤ ਸਾਹਿਬ ਜਗਦੀ ਰਹੇ ਲਓ ਜੀ ਫਾਈਨਲੀ ਜਿਹੜਾ ਅੱਜ ਜੋਤ ਵਾਸਤੇ ਸ਼ੀਸ਼ਾ ਸੀ ਉਹ ਵੀ ਆਪਾਂ ਲੈਣ ਦਾ ਹੈਗਾ ਤੁਸੀਂ ਦੇਖ ਸਕਦੇ ਇਹ ਹੁਣ ਇੱਥੇ ਲਗਾਵਾਂਗੇ ਗੱਡੀਆਂ ਲਗਾ ਦਿੱਤੀਆਂ ਹੈਗੀਆਂ ਆਪਾਂ ਅਤੇ ਹੁਣ ਇੱਥੇ ਸ਼ੀਸ਼ਾ ਲਗਾ ਕੇ ਅਤੇ ਲੈਂਪ ਵੀ ਆਪਾਂ ਲੈਣ ਦੀ ਮਤਲਬ ਲਓ ਜੀ ਤੁਸੀਂ ਦੇਖ ਸਕਦੇ ਫਾਈਨਲੀ ਸ਼ੀਸ਼ਾ ਵੀ ਜਿਹੜਾ ਕੰਪਲੀਟ ਹੋ ਗਿਆ ਲੱਗ ਗਿਆ ਜੋਤ ਜਗਨ ਤੋਂ ਬਾਅਦ ਇੱਦਾਂ ਅਸੀਂ ਕਵਰ ਲਗਾ ਦਿਆ ਕਰਾਂਗੇ ਜੋਤ ਸਾਹਿਬ 'ਤੇ ਅਤੇ ਪੂਰਾ ਫਾਈਨਲੀ ਤੁਸੀਂ ਦੇਖ ਸਕਦੇ ਹੋ ਕੰਪਲੀਟ ਹੋ ਚੁੱਕਿਆ ਬਾਬਾ ਜੀ ਦੀ ਕਿਰਪਾ ਨਾਲ ਹਾਂਜੀ ਜੀ ਜੇ ਕਿੱਦਾਂ ਲੱਗਾ ਛੋਟਾ ਜਿਹਾ ਵਲੌਗ ਅਤੇ ਜੇ ਵਧੀਆ ਲੱਗਾ ਵਲੌਗ ਤਾਂ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਇੱਕ ਸੋਹਣੇ ਜਿਹੇ ਘੈਂਟ ਜਿਹੇ ਵਲੌਗ ਦੇ ਨਾਲ ਬਾਏ ਬਾਏ।